ਅਸੀਂ ਸੁਣਦੇ ਹਾਂ ਕਈ ਦਫ਼ਾ ਪ੍ਰਚਾਰ ਕਈਆਂ ਗੁਰਮੁਖਾਂ ਦਾ, ਉਹ ਅੰਦਰੂਨੀ ਪ੍ਰੈਕਟੀਕਲ ਨਾ ਹੋਣ ਕਰਕੇ ਆਪਸੇ 'ਚ ਹੀ ਸੰਗਤ ਨੂੰ ਲੋਕਾਂ ਨੂੰ ਲੜਾਈ ਜਾਂਦੇ ਆ। ਉਹ ਕਹਿੰਦਾ ਜੀ ਆਹ ਗੁਰਬਾਣੀ ਦਾ ਆਹ ਮੀਨਿੰਗ ਨਿਕਲਦਾ, ਇੱਥੇ ਆਹ ਨਿਕਲਦਾ, ਇੱਥੇ ਆਹ। ਅਤੇ ਗੁਰੂ ਸਾਹਿਬਾਨ ਦੁਆਰਾ ਬਾਣੀ ਰਚੀ ਹੋਈ, ਇੰਨੀ ਮਿਹਨਤ ਕੀਤੀ ਹੋਈ, ਉਹਨਾਂ ਦੀ ਬਾਣੀ ਨੂੰ, ਬਾਣੀ ਦੇ ਸ਼ਬਦ ਲੈ ਰਹੇ ਨੇ ਉਹਨਾਂ ਦੇ, ਅਤੇ ਲੇਕਿਨ ਉਹਨਾਂ ਨੂੰ ਕਿੰਤੂ ਪਰੰਤੂ ਕਰਦੇ, ਕਿੱਥੇ ਭਰਨਗੇ ਇਹ? ਹਾਂਜੀ, ਖਜ਼ਾਨਾ ਤੁਸੀਂ ਗੁਰੂ ਸਾਹਿਬਾਨ ਜੀ ਦਾ ਲੈ ਰਹੇ ਹੋ, ਭਗਤਾਂ ਦਾ ਲੈ ਰਹੇ ਹੋ, ਸਰੀਰ ਦੇ ਵਿੱਚ ਆ ਕੇ ਗੁਰੂ ਸਾਹਿਬਾਨ ਭਗਤ ਜਨ ਸਾਨੂੰ ਖਜ਼ਾਨਾ ਦੇ ਕੇ ਗਏ। ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਇਹਦੇ ਵਿੱਚ ਉਸ ਖਜ਼ਾਨੇ ਦਾ ਭੇਦ ਦਿੱਤਾ ਜਿਹਨੇ ਨਾਲ ਜਾਣਾ। ਹਾਂਜੀ, ਉਹ ਖਜ਼ਾਨਾ ਹੈ ਨਾਮ। ਉਹ ਕਿਹੜਾ ਖਜ਼ਾਨਾ ਜੀ? ਨਾਮ ਰਤਨ। ਮਹਾਰਾਜ ਕਹਿੰਦੇ ਨਾਮ ਰਤਨ ਪਰਵਾਨੋ ਪਤ ਮਤ ਪੂਰੀ, ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ, ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਨਾਸੀ। ਉਹ ਪਰਵਾਨਾ, ਉਹ ਰਤਨ ਜਿਹੜਾ ਹੈ, ਉਹ ਨਾਮ ਹੈ। ਉਹ ਰਤਨ ਦਾ, ਪਰਵਾਨੇ ਦਾ, ਨਾਮ ਦਾ ਭੇਦ ਵੇਦਾਂ ਵਿੱਚ, ਸ਼ਾਸਤਰਾਂ ਦੇ ਵਿੱਚ ਦਿੱਤਾ ਗਿਆ, ਲੇਕਿਨ ਕਿਸੇ ਨੇ ਪਛਾਣਿਆ ਨਹੀਂ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬਿਤਾ ਲਿਆ। ਹੁਣ ਗੁਰਮੁਖ ਪਿਆਰਿਓ, ਆਪਾਂ ਇਹ ਜਿਹੇ ਗੁਰਮੁਖ ਜਿਹੜੇ ਗੁਰਬਾਣੀ ਦਾ ਪ੍ਰੈਕਟੀਕਲ ਨਾ ਹੋਣ ਕਰਕੇ ਆਪਦੇ ਹੀ ਬਚਨਾਂ ਤੋਂ ਮੁੱਕਰ ਜਾਂਦੇ ਨੇ। ਸਾਲ ਪਹਿਲਾਂ ਉਹਨਾਂ ਨੇ ਕੁਛ ਕਿਹਾ ਹੁੰਦਾ ਉਸ ਪੁਆਇੰਟ 'ਤੇ, ਅਤੇ ਸਾਲ ਬਾਅਦ ਉਹਨਾਂ ਨੇ ਉਸੇ ਪੁਆਇੰਟ 'ਤੇ ਕੁਛ ਹੋਰ ਕਹਿ ਦਿੱਤਾ ਹੁੰਦਾ। ਇਹਨਾਂ ਮਤਲਬ ਕਿ ਪ੍ਰੈਕਟੀਕਲ ਨਹੀਂ। ਜੇ ਪ੍ਰੈਕਟੀਕਲ ਹੋਏਗਾ ਜਿਹੜਾ ਅੱਜ ਤੋਂ ਸਾਲ ਪਹਿਲਾਂ ਕਿਹਾ, ਉਹ ਹਰ ਵਾਰੀ ਉਹੀ ਕਹੇਗਾ, ਕਿਉਂਕਿ ਉਹ ਵੇਖਿਆ ਉਹਨੇ, ਉਹਨੂੰ ਪ੍ਰਤੱਖ ਹੋਇਆ ਹੋਇਆ। ਅਤੇ ਜਿਹਨੂੰ ਪ੍ਰਤੱਖ ਨਹੀਂ ਹੋਇਆ, ਸਿਰਫ ਫਿਲੋਸਫਰ ਬਣ ਗਏ। ਕੀ ਬਣ ਗਏ ਜੀ? ਫਿਲੋਸਫਰ ਬਣ ਗਏ। ਇੱਧਰੋਂ ਕਿਤਾਬ ਫੜ ਲਈ ਕਿਸੇ ਦੀ, ਪੜ੍ਹ ਲਈ, ਇੱਧਰੋਂ ਕਿਸੇ ਦੀ ਕਿਤਾਬ ਫੜ ਲਈ, ਉਹਦੇ ਵਿੱਚ ਉਹ ਆਪਦਾ ਕੁਛ ਨਾਲ ਜੋੜ ਕੇ ਇਹ ਕਿਤਾਬ ਹੋਰ ਲਿਖ ਦਿੱਤੀ। ਨਹੀਂ, ਐ ਨਹੀਂ ਗੱਲ ਬਣਨੀ। ਖੁਦ ਪ੍ਰੈਕਟੀਕਲ 'ਚ ਉਤਰੋ। ਖੁਦ ਜਦੋਂ ਖੁਦ ਪ੍ਰੈਕਟੀਕਲ ਵਿੱਚ ਉਤਰੋਗੇ ਤਾਂ ਮਾਲਕ ਦੀ ਕਿਰਪਾ ਹੋਏਗੀ, ਉਸ ਦੈਵੀ ਸ਼ਕਤੀ ਦਾ ਭੇਦ ਆਏਗਾ। ਮੈਂ ਦੇਵੀ ਨਹੀਂ ਕਹਿ ਰਿਹਾ, ਮੈਂ ਦੈਵੀ ਸ਼ਕਤੀ, ਦੈਵੀ ਮੀਨਜ ਅਕਾਲ ਪੁਰਖ ਵਾਹਿਗੁਰੂ ਜੀ, ਦੁਨੀਆ ਬਣਾਉਣ ਵਾਲਾ ਜਿਹੜਾ ਹੈ, ਜਿਹੜੀ ਸ਼ਕਤੀ ਨੇ ਰੱਖਿਆ ਕੀਤੀ ਬਾਬਾ ਕਬੀਰ ਜੀ ਦੀ, ਅੱਗ 'ਚ ਜਲਣ ਨਹੀਂ ਦਿੱਤਾ, ਪਾਣੀ 'ਚ ਡੁੱਬਣ ਨਹੀਂ ਦਿੱਤਾ, ਜਿਹੜੀ ਸ਼ਕਤੀ ਨੇ ਰੱਖਿਆ ਕੀਤੀ ਬਾਬਾ ਨਾਮਦੇਵ ਜੀ ਦੀ, ਹਾਥੀ ਮੂਹਰੇ ਇਸੇ 'ਤੇ ਆ ਗਿਆ, ਲੇਕਿਨ ਹਾਥੀ ਸਲਾਮ ਕਰਕੇ ਮੁੜਿਆ, ਸੀਸ ਝੁਕਾ ਕੇ ਮੁੜਿਆ, ਕੋਈ ਤਾਂ ਸ਼ਕਤੀ ਸੀ। ਤੁਸੀਂ ਉਸ ਸ਼ਕਤੀ ਦੇ ਨਾਲ, ਉਸ ਪਾਵਰ ਦੇ ਨਾਲ ਪਿਆਰ ਪਾਓ, ਉਹਨੂੰ ਮਿਲੋ। ਜਿਹੜੇ ਸਾਡੇ ਵਰਗੇ ਵਿੱਚ ਦੱਸਦੇ ਨੇ, ਇਹਨਾਂ ਨੂੰ ਵੈਸੇ ਆਪਾਂ ਰਿਸਪੈਕਟ ਦੇਣੀ ਹੁੰਦੀ ਹੈ, ਉਹ ਵੀ ਆਪਾਂ ਵੱਡਿਆਂ ਨੂੰ ਦਿੰਦੇ ਹਾਂ, ਮਾਤਾ ਪਿਤਾ ਨੂੰ ਵੀ ਦਿੰਦੇ ਹਾਂ, ਅਤੇ ਕੋਈ ਮੰਨ ਕੇ ਦੇ ਦੇਣੀ ਹੈ, ਲੇਕਿਨ ਮਿਲਣਾ ਕਿਹਨੂੰ? ਅਕਾਲ ਪੁਰਖ ਹੋਏ, ਇੱਕ ਨੂੰ ਮਿਲਣਾ। ਉਹਦਾ ਭੇਦ ਗੁਰੂ ਦੇ ਰਾਹੀਂ ਆਏਗਾ, ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਹੁਣ ਗੁਰਮੁਖ ਪਿਆਰਿਓ, ਤੁਸੀਂ ਪ੍ਰੈਕਟੀਕਲ ਵਿੱਚ ਜਦੋਂ ਉਤਰੋਗੇ, ਤੁਹਾਨੂੰ ਸਾਰੀ ਦੁਨੀਆ ਹੀ ਐਂ ਲੱਗੇਗੀ ਵੀ ਇਹ ਵੀ ਮੇਰਾ ਅਤੇ ਇਹ ਵੀ ਮੇਰਾ।